हेलो दोस्तों, स्वागत है तुहाडा मेरे इस यूट्यूब चैनल दे विच। मेरा नाम है अमित जिंदल। मैं अपने इस चैनल दे उपर तुहाडे लई लैके आया मास्टर कार्डर पंजाबी दा सॉल्वर्ड पेपर, जो कि 2017 दे विच होया सी। इस विच 1 तो लैके 150 तक प्रश्न सी, जिसनों आपां 3 भागां दे विच पूरा करांगे। अज दी इस वीडियो दे विच मैं तुहाडे नाल शेयर करांगा 1 तो लैके 50 तक प्रश्न उत्तर। मेरे इस चैनल नूं लाइक करो, सबसक्राइब करो अते बैल आइकन नूं दबाओ, ਤਾਂ ਜੋ ਮੇਰੇ ਦੁਆਰਾ ਅਪਲੋਡ ਕੀਤੀਆਂ ਗਈਆਂ ਵੀਡੀਓਜ਼ ਤੁਹਾਨੂੰ ਮਿਲ ਸਕਣ। ਸ਼ੁਰੂ ਕਰਦੇ ਹਾਂ ਮਾਸਟਰ ਕਾਡਰ ਪੰਜਾਬੀ 2017 ਦਾ ਪ੍ਰਸ਼ਨ ਪੱਤਰ ਹੱਲ ਸਮੇਤ 1 ਤੋਂ 50 ਪ੍ਰਸ਼ਨ ਸ਼ਾਮਿਲ ਕੀਤੇ ਗਏ ਨੇ ਇਸ ਵਿੱਚ। ਭਾਗ ਪਹਿਲਾ 4 ਆਪਸ਼ਨ ਦਿੱਤੇ ਹੋਏ ਨੇ ਦੋਸਤੋ ਨਾਲ। ਹਾਂਜੀ, ਪਹਿਲਾ ਪ੍ਰਸ਼ਨ ਹੈ, ਗੁਰੂ ਅੰਗਦ ਦੇਵ ਜੀ ਨੇ ਕਿਹੜਾ ਸ਼ਹਿਰ ਵਸਾਇਆ? 4 ਆਪਸ਼ਨ ਨੇ, ਏ ਹੈ ਤਰਨ ਤਾਰਨ, ਬੀ ਅੰਮ੍ਰਿਤਸਰ, ਸੀ ਅਨੰਦਪੁਰ ਅਤੇ ਡੀ ਖਡੂਰ ਸਾਹਿਬ। ਪ੍ਰਸ਼ਨ ਧਿਆਨ ਨਾਲ ਪੜ੍ਹਨੇ ਹੈ, ਉਹਨਾਂ ਦੇ ਉੱਤਰ ਦੇਖਣੇ ਹੈ। ਇਹਦੇ ਨਾਲ ਦੁਹਰਾਈ ਹੋ ਜੂਗੀ ਆਪਣੀ ਕਿ ਕਿਸ ਤਰ੍ਹਾਂ ਦਾ ਪੇਪਰ ਆਉਣ ਦੀ ਉਮੀਦ ਹੈ। ਮਾਸਟਰ ਕਾਡਰ ਪੰਜਾਬੀ ਦੀ ਪੂਰੀ ਤਿਆਰੀ ਦੇ ਲਈ ਮੇਰੇ ਇਸ ਚੈਨਲ ਦੇ ਨਾਲ ਬਣੇ ਰਹੋ। ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਸ਼ੇਅਰ ਕਰੋ ਅਤੇ ਜੇਕਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਨੂੰ ਦਬਾਓ। ਹਾਂਜੀ, ਪਹਿਲਾ ਪ੍ਰਸ਼ਨ, ਗੁਰੂ ਅੰਗਦ ਦੇਵ ਜੀ ਨੇ ਕਿਹੜਾ ਸ਼ਹਿਰ ਵਸਾਇਆ? ਉੱਤਰ ਹੈ ਜੀ, ਡੀ ਖਡੂਰ ਸਾਹਿਬ। ਦੂਜਾ ਪ੍ਰਸ਼ਨ, ਬਾਬਾ ਸ਼ੇਖ ਫਰੀਦ ਜੀ ਦਾ ਸੰਬੰਧ ਕਿਹੜੀ ਸਦੀ ਨਾਲ ਹੈ? ਏ 13ਵੀਂ, ਬੀ 14ਵੀਂ, ਸੀ 12ਵੀਂ, ਡੀ 15ਵੀਂ। ਧਿਆਨ ਨਾਲ ਪੜ੍ਹਨਾ ਜੀ ਆਪਸ਼ਨ, ਤੁਸੀਂ ਆਪਣੇ ਕੋਲ ਨੋਟ ਵੀ ਕਰ ਸਕਦੇ ਹੋ, ਤੁਹਾਨੂੰ ਪਤਾ ਲੱਗ ਜੂਗਾ। ਹਾਂਜੀ, ਬਾਬਾ ਫਰੀਦ ਜੀ ਦਾ ਸੰਬੰਧ ਹੈ ਸੀ ਆਪਸ਼ਨ, 12ਵੀਂ ਸਦੀ ਦੇ ਨਾਲ, ਕਿਉਂਕਿ ਬਾਬਾ ਫਰੀਦ ਜੀ ਦਾ ਜਨਮ 1166 ਈਸਵੀ ਦੇ ਵਿੱਚ ਹੋਇਆ ਸੀ। ਅੱਗੇ ਜੀ ਤੀਜਾ ਪ੍ਰਸ਼ਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਕਿੰਨੇ ਰਾਗਾਂ ਵਿੱਚ ਹੈ? ਏ 19, ਬੀ 32, ਸੀ 31 ਜਾਂ ਡੀ 34। ਦੇਖਣਾ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਦਰਜ ਹੈ ਜੋ, ਉਹ ਕਿੰਨੇ ਰਾਗਾਂ ਦੇ ਵਿੱਚ ਦਰਜ ਹੈ? ਸਹੀ ਉੱਤਰ ਹੈ ਜੀ ਸੀ, 31 ਰਾਗਾਂ ਵਿੱਚ। ਅੱਗੇ ਚੌਥਾ ਪ੍ਰਸ਼ਨ, ਆਨੰਦ ਸਾਹਿਬ ਬਾਣੀ ਕਿਹੜੇ ਰਾਗ ਵਿੱਚ ਹੈ? ਆਪਸ਼ਨ ਨੇ, ਸ਼੍ਰੀ ਰਾਗ, ਬੀ ਧਨਾਸਰੀ, ਸੀ ਰਾਮਕਲੀ, ਡੀ ਗਾਉੜੀ। ਆਨੰਦ ਸਾਹਿਬ ਬਾਣੀ ਦੇਖਣੀ ਹੈ ਜੀ ਕਿਹੜੇ ਰਾਗ ਦੇ ਵਿੱਚ ਹੈ? 4 ਆਪਸ਼ਨ ਨੇ, ਸ਼੍ਰੀ ਰਾਗ, ਧਨਾਸਰੀ, ਰਾਮਕਲੀ, ਗਾਉੜੀ। ਇਹ ਹੈ ਜੀ ਸੀ, ਰਾਮਕਲੀ ਰਾਗ। ਅੱਗੇ ਜੀ ਪੰਜਵਾਂ, ਅੱਬਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਪੰਕਤੀਆਂ ਦਿੱਤੀਆਂ ਹੋਈਆਂ ਨੇ, ਇਹਨਾਂ ਦਾ ਲੇਖਕ ਕੌਣ ਹੈ ਉਹਦੇ ਬਾਰੇ ਦੇਖਣਾ ਜੀ। ਏ ਆਪਸ਼ਨ ਗੁਰੂ ਨਾਨਕ ਦੇਵ ਜੀ, ਬੀ ਭਗਤ ਕਬੀਰ, ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਾਂ ਡੀ ਸ਼ੇਖ ਫਰੀਦ। ਇਹ 17 ਨੇ ਜੀ, ਇਹ ਦੇਖਣੀਆਂ ਨੇ ਕਿਸ ਦੁਆਰਾ ਲਿਖੀਆਂ ਗਈਆਂ ਨੇ। ਇਹਦਾ ਉੱਤਰ ਹੈ ਜੀ ਬੀ, ਭਗਤ ਕਬੀਰ ਜੀ। ਅੱਗੇ ਜੀ ਉਹ ਪਾਠ ਜੋ ਆਰੰਭ ਤੋਂ ਲੈ ਕੇ ਅੰਤ ਤੱਕ ਅਰੁੱਕ ਕੀਤਾ ਜਾਵੇ, ਉਹਨੂੰ ਕੀ ਕਹਿੰਦੇ ਨੇ? ਜੋ ਆਰੰਭ ਤੋਂ ਲੈ ਕੇ ਅੰਤ ਤੱਕ ਅਰੁੱਕ ਕੀਤਾ ਜਾਵੇ, ਬਿਨਾਂ ਰੁਕੇ ਕੀਤਾ ਜਾਵੇ। ਏ ਜਪਜੀ ਸਾਹਿਬ, ਬੀ ਸੁਖਮਨੀ ਸਾਹਿਬ, ਸੀ ਅਖੰਡ ਪਾਠ, ਡੀ ਜਪ ਉਸਤਤ। ਹਾਂਜੀ, ਇਹਦਾ ਸਹੀ ਉੱਤਰ ਹੈ ਜੀ ਸੀ, ਅਖੰਡ ਪਾਠ। ਅੱਗੇ ਜੀ 7ਵਾਂ ਪ੍ਰਸ਼ਨ, ਜਪਜੀ ਸਾਹਿਬ ਦੀ ਰਚਨਾ ਕਿਸ ਰਾਗ ਵਿੱਚ ਹੈ? ਉਹ ਰਾਗ ਦਾ ਨਾਮ ਦੱਸਣਾ ਜੀ ਕਿਸ ਰਾਗ ਦੇ ਵਿੱਚ ਹੈ। ਏ ਉੱਤਰ ਹੈ ਤੁਖਾਰੀ, ਬੀ ਸੂਹੀ, ਸੀ ਤਿਲੰਗ, ਡੀ ਰਾਗ ਮੁਕਤ। ਇਹਦਾ ਅਰਥ ਹੈ ਡੀ ਦਾ ਵੀ ਕਿਸੇ ਵੀ ਰਾਗ ਦੇ ਵਿੱਚ ਨਹੀਂ ਹੈਗੀ, ਉਹ ਬਾਕੀ 3ੋਂ ਰਾਗਾਂ ਦੇ ਨਾਮ ਨੇ। ਹਾਂਜੀ, ਜਪਜੀ ਸਾਹਿਬ ਦੀ ਜੋ ਰਚਨਾ ਹੈ ਉਹ ਹੈ ਡੀ, ਰਾਗ ਮੁਕਤ, ਕਿਸੇ ਵੀ ਰਾਗ ਦੇ ਵਿੱਚ ਨਹੀਂ ਹੈਗੀ। ਅੱਗੇ ਜੀ 8ਵਾਂ ਪ੍ਰਸ਼ਨ, ਸੁਖਮਨੀ ਸਾਹਿਬ ਵਿੱਚ ਕੁੱਲ ਅਸ਼ਟਪਦੀਆਂ ਦੀ ਗਿਣਤੀ ਕਿੰਨੀ ਹੈ? ਏ 24, ਬੀ 25,
ਸੀ 34, ਡੀ 21। ਹਾਂਜੀ, ਸੁਖਮਨੀ ਸਾਹਿਬ ਦੇ ਵਿੱਚ ਅਸ਼ਟਪਦੀਆਂ ਦੇਖਣੀਆਂ ਨੇ ਕਿੰਨੀਆਂ ਨੇ, ਇਹਦਾ ਉੱਤਰ ਹੈ ਜੀ ਏ 24। ਅੱਗੇ ਨੌਵਾਂ ਪ੍ਰਸ਼ਨ, ਕਿਸ ਬਾਣੀ ਵਿੱਚ ਸੰਤ, ਬ੍ਰਹਮ ਗਿਆਨੀ, ਗੁਰਮੁਖ ਆਦਿ ਅਧਿਆਤਮਕ ਪਦਵੀਆਂ ਦੀ ਵਿਆਖਿਆ ਕੀਤੀ ਹੈ? ਰਚਨਾ ਦੇਖਣੀ ਹੈ ਜੀ ਕਿਹੜੀ ਕਿਸ ਬਾਣੀ ਦੇ ਵਿੱਚ ਹੈ। ਏ ਆਪਸ਼ਨ ਹੈ ਜਪਜੀ ਸਾਹਿਬ, ਬੀ ਸੁਖਮਨੀ ਸਾਹਿਬ, ਸੀ ਜਾਪ ਸਾਹਿਬ, ਡੀ ਆਸਾ ਦੀ ਵਾਰ। ਹਾਂਜੀ, ਨੌਵੇਂ ਦਾ ਸਹੀ ਉੱਤਰ ਹੈ ਬੀ ਸੁਖਮਨੀ ਸਾਹਿਬ ਦੇ ਵਿੱਚ ਸੰਤ, ਬ੍ਰਹਮ ਗਿਆਨੀ, ਗੁਰਮੁਖ ਆਦਿ ਅਧਿਆਤਮਿਕ ਪਦਵੀਆਂ ਦੀ ਵਿਆਖਿਆ ਕੀਤੀ ਗਈ ਹੈ। ਅੱਗੇ ਜੀ ਦਸਵਾਂ ਪ੍ਰਸ਼ਨ, ਆਨੰਦ ਸਾਹਿਬ ਕਿਸ ਗੁਰੂ ਦੀ ਰਚਨਾ ਹੈ? ਏ ਗੁਰੂ ਨਾਨਕ ਦੇਵ ਜੀ, ਬੀ ਗੁਰੂ ਤੇਗ ਬਹਾਦਰ ਜੀ, ਸੀ ਗੁਰੂ ਅਮਰਦਾਸ ਜੀ, ਜਾਂ ਡੀ ਗੁਰੂ ਅਰਜਨ ਦੇਵ ਜੀ। ਗੁਰੂ ਸਾਹਿਬਾਨਾਂ ਦੇ ਨਾਮ ਦਿੱਤੇ ਹੋਏ ਨੇ ਜੀ। ਇਹਦੇ ਵਿੱਚ ਦੇਖਣਾ ਕਿ ਆਨੰਦ ਸਾਹਿਬ ਕਿਹਦੀ ਰਚਨਾ ਹੈ, ਇਹਦਾ ਸੀ ਉੱਤਰ ਹੈ ਜੀ ਗੁਰੂ ਅਮਰਦਾਸ ਜੀ। ਅਗਲਾ 11ਵਾਂ ਪ੍ਰਸ਼ਨ, ਕਿਸ ਗੁਰੂ ਸਾਹਿਬ ਨੇ ਕੇਵਲ ਸਲੋਕਾਂ ਦੀ ਰਚਨਾ ਕੀਤੀ ਹੈ? ਕਿਸ ਗੁਰੂ ਸਾਹਿਬ ਨੇ ਕੇਵਲ ਸਲੋਕਾਂ ਦੀ ਰਚਨਾ ਕੀਤੀ ਹੈ? ਦੇਖਣਾ ਜੀ ਇਕੱਲੇ ਸਲੋਕ ਲਿਖੇ ਨੇ। ਏ ਹੈ ਗੁਰੂ ਅਮਰ ਰਾਮਦਾਸ ਜੀ, ਬੀ ਗੁਰੂ ਤੇਗ ਬਹਾਦਰ ਜੀ, ਸੀ ਗੁਰੂ ਅੰਗਦ ਦੇਵ ਜੀ, ਡੀ ਗੁਰੂ ਹਰ ਰਾਏ ਜੀ। ਦੇਖਣਾ ਜੀ ਇਹਨਾਂ ਆਪਸ਼ਨਾਂ ਦੇ ਵਿੱਚੋਂ ਕਿਹੜਾ ਆਪਸ਼ਨ ਸਹੀ ਹੈ। ਕਿਸ ਗੁਰੂ ਸਾਹਿਬ ਨੇ ਕੇਵਲ ਸਲੋਕਾਂ ਦੀ ਰਚਨਾ ਕੀਤੀ ਹੈ? ਹਾਂਜੀ, ਇਹਦਾ ਉੱਤਰ ਹੈ ਜੀ ਸੀ ਗੁਰੂ ਅੰਗਦ ਦੇਵ ਜੀ, ਇਹਨਾਂ ਨੇ ਕੇਵਲ ਸਲੋਕਾਂ ਦੀ ਰਚਨਾ ਕੀਤੀ ਹੈ। ਅੱਗੇ ਜੀ 12ਵਾਂ ਪ੍ਰਸ਼ਨ, ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ? ਇਹ ਜੋ ਪ੍ਰਸ਼ਨ ਨੇ ਗੁਰਮਤਿ ਕਾਵਿ ਸੂਫੀ ਕਾਵਿ ਨਾਲ ਸੰਬੰਧਿਤ ਨੇ ਜ਼ਿਆਦਾਤਰ। ਇਹਨਾਂ ਨਾਲ ਸੰਬੰਧਿਤ ਵੀਡੀਓ ਮੈਂ ਪਹਿਲਾਂ ਹੀ ਆਪਣੇ ਇਸ ਚੈਨਲ ਦੇ ਉੱਪਰ ਅਪਲੋਡ ਕਰ ਚੁੱਕਿਆ। ਤੁਸੀਂ ਹੋਰ ਜਾਣਕਾਰੀ ਦੇ ਲਈ ਉਹਨਾਂ ਵੀਡੀਓ ਨੂੰ ਦੇਖੋ। ਸੰਖੇਪ ਪ੍ਰਸ਼ਨ ਉੱਤਰ ਰੂਪ ਦੇ ਵਿੱਚ ਉਹ ਵੀਡੀਓ ਅਪਲੋਡ ਕੀਤੀਆਂ ਗਈਆਂ ਨੇ। ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਉੱਤਰ ਉਹਨਾਂ ਵੀਡੀਓਜ਼ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ। ਹਾਂਜੀ, 12ਵਾਂ ਪ੍ਰਸ਼ਨ ਕਰ ਰਹੇ ਸੀ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ? ਇਹਦਾ ਉੱਤਰ ਹੈ ਜੀ ਬੀ 6, ਜਿਹਦੇ ਵਿੱਚ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਅੰਗਦ ਦੇਵ ਜੀ, ਸ਼੍ਰੀ ਗੁਰੂ ਅਮਰਦਾਸ ਜੀ, ਸ਼੍ਰੀ ਗੁਰੂ ਰਾਮਦਾਸ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ। ਇਹਨਾਂ 6 ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ ਜੀ। ਅੱਗੇ ਜੀ 13ਵਾਂ ਪ੍ਰਸ਼ਨ, ਕਿਸ ਸੂਫੀ ਦਰਵੇਸ਼ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ? ਇਹ ਆਪਸ਼ਨ ਹੈ ਹਜ਼ਰਤ ਪੀਰ ਬੁੱਢਨ ਸ਼ਾਹ, ਬੀ ਹਜ਼ਰਤ ਸ਼ੇਖ ਇਬਰਾਹਿਮ, ਸੀ ਹਜ਼ਰਤ ਪੀਰ ਬਦਰੂਦੀਨ ਸ਼ਾਹ, ਜਾਂ ਡੀ ਆਪਸ਼ਨ ਹੈ ਹਜ਼ਰਤ ਪੀਰ ਮੁਹੰਮਦ ਮੀਆਂ ਮੀਰ। ਕਿਸ ਸੂਫੀ ਦਰਵੇਸ਼ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ? ਹਾਂਜੀ, ਇਹਦਾ ਉੱਤਰ ਹੈ ਜੀ ਡੀ ਹਜ਼ਰਤ ਪੀਰ ਮੁਹੰਮਦ ਮੀਆਂ ਮੀਰ। 14ਵਾਂ ਪ੍ਰਸ਼ਨ ਹੈ ਜੀ, ਲੰਗਰ ਦੀ ਪ੍ਰਥਾ ਕਿਸ ਗੁਰੂ ਸਾਹਿਬ ਨੇ ਪ੍ਰਚਲਿਤ ਕੀਤੀ? ਇਹ ਆਪਸ਼ਨ ਗੁਰੂ ਨਾਨਕ ਦੇਵ ਜੀ, ਬੀ ਗੁਰੂ ਅਮਰਦਾਸ ਜੀ, ਸੀ ਗੁਰੂ ਅਰਜਨ ਦੇਵ ਜੀ, ਜਾਂ ਡੀ ਗੁਰੂ ਰਾਮਦਾਸ ਜੀ। ਪ੍ਰਸ਼ਨ ਦੁਹਰਾ ਰਿਹਾ, ਲੰਗਰ ਦੀ ਪ੍ਰਥਾ ਕਿਸ ਗੁਰੂ ਸਾਹਿਬ ਨੇ ਪ੍ਰਚਲਿਤ ਕੀਤੀ? ਹਾਂਜੀ, ਇਹਦਾ ਉੱਤਰ ਹੈ ਜੀ ਬੀ ਗੁਰੂ ਅਮਰਦਾਸ ਜੀ, ਤੀਜੇ ਗੁਰੂ ਹੋਏ ਨੇ। ਅੱਗੇ ਜੀ 15ਵਾਂ ਪ੍ਰਸ਼ਨ, ਚਰਿਤ੍ਰੋਪਾਖਿਆਨ ਕਿਸ ਗ੍ਰੰਥ ਵਿੱਚ ਸ਼ਾਮਿਲ ਹੈ? ਇਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਬੀ ਦਸਮ ਗ੍ਰੰਥ ਵਿੱਚ, ਸੀ ਆਦਿ ਗ੍ਰੰਥ ਵਿੱਚ, ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਇਹ ਜੋ ਰਚਨਾ ਦੇਖਣੀ ਹੈ ਜੀ ਕਿਸ ਵਿੱਚ ਸ਼ਾਮਿਲ ਹੈ? ਚਰਿਤ੍ਰੋਪਾਖਿਆਨ। ਸਹੀ ਉੱਤਰ ਹੈ ਜੀ ਬੀ ਦਸ਼ਮ ਗ੍ਰੰਥ। ਇਸ ਵੀਡੀਓ ਦੇ ਵਿੱਚ ਆਪਾਂ ਕਰ ਰਹੇ ਸੀ ਮਾਸਟਰ ਕਾਡਰ ਪੰਜਾਬੀ 2017 ਦੇ ਵਿੱਚ ਜੋ ਪੇਪਰ ਹੋਇਆ ਸੀ ਉਸ ਨਾਲ ਸੰਬੰਧਿਤ 150 ਪ੍ਰਸ਼ਨ।
ਇਹ ਪਹਿਲੀ ਵੀਡੀਓ ਹੈ। ਇਸ ਵਿੱਚ 1 ਤੋਂ ਲੈ ਕੇ 50 ਤੱਕ ਪ੍ਰਸ਼ਨ ਨੇ। ਲਗਾਤਾਰ ਮੇਰੇ ਇਸ ਚੈਨਲ ਦੇ ਉੱਪਰ ਬਣੇ ਰਹੋ। 16ਵਾਂ ਪ੍ਰਸ਼ਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਦੇ ਕਰਤਾ ਹਨ, ਭਾਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਦਰਜ ਰਚਨਾ, ਸਭ ਤੋਂ ਵੱਧ ਬਾਣੀ ਕਿਸ ਨੇ ਲਿਖੀ ਹੈ? ਏ ਆਪਸ਼ਨ ਗੁਰੂ ਨਾਨਕ ਦੇਵ ਜੀ, ਬੀ ਗੁਰੂ ਅਮਰਦਾਸ ਜੀ, ਸੀ ਗੁਰੂ ਅਰਜਨ ਦੇਵ ਜੀ, ਡੀ ਸੰਤ ਕਬੀਰ। ਹਾਂਜੀ, ਇਹਦਾ ਉੱਤਰ ਹੈ ਜੀ ਸੀ, ਸ਼੍ਰੀ ਗੁਰੂ ਅਰਜਨ ਦੇਵ ਜੀ, ਜੋ 5ਵੇਂ ਗੁਰੂ ਸੀ। ਅੱਗੇ ਜੀ 17ਵਾਂ ਪ੍ਰਸ਼ਨ, ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਕਿਉਂਕਿ? ਭਾਵ ਭਾਈ ਗੁਰਦਾਸ ਜੀ ਨੇ ਜੋ 12 ਲਿਖੀਆਂ ਨੇ ਉਹਨਾਂ ਨੂੰ ਗੁਰਬਾਣੀ ਦੀ ਕੁੰਜੀ ਕਹਿ ਕੇ ਕਿਉਂ ਸੰਬੋਧਿਤ ਕੀਤਾ ਜਾਂਦਾ ਹੈ? ਆਪਸ਼ਨ ਏ ਹੈ, ਇਹ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿੱਚ ਦਰਜ ਹਨ, ਬੀ ਇਹਨਾਂ ਤੋਂ ਬਿਨਾਂ ਬਾਣੀ ਦੀ ਸਮਝ ਨਹੀਂ ਆ ਸਕਦੀ, ਸੀ ਇਹ ਗੁਰਬਾਣੀ ਦਾ ਅਤਿ ਮਹੱਤਵਪੂਰਨ ਅੰਗ ਹਨ, ਜਾਂ ਡੀ ਆਪਸ਼ਨ ਹੈ ਜੀ ਇਹਨਾਂ ਵਿੱਚ ਬਾਣੀ ਦੇ ਮੂਲ ਸਿਧਾਂਤਾਂ ਦੀ ਸਰਲ ਵਿਆਖਿਆ ਹੈ। ਭਾਈ ਗੁਰਦਾਸ ਜੀ ਦੇ ਵਾਰਾਂ ਨਾਲ ਸੰਬੰਧਿਤ ਪ੍ਰਸ਼ਨ ਹੈ ਜੀ, ਇਹਦਾ ਡੀ ਉੱਤਰ ਸਹੀ ਹੈ ਜੀ, ਇਹਨਾਂ ਵਿੱਚ ਬਾਣੀ ਦੇ ਮੂਲ ਸਿਧਾਂਤਾਂ ਦੀ ਸਰਲ ਵਿਆਖਿਆ ਹੈ। ਹਾਂਜੀ, 18ਵਾਂ ਪ੍ਰਸ਼ਨ, ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਲਿਖੀ? ਏ 35, ਬੀ 19, ਸੀ 42, ਡੀ 31। ਹਾਂਜੀ, ਇਹਦਾ ਉੱਤਰ ਹੈ ਜੀ ਬੀ 19 ਰਾਗਾਂ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਾਣੀ ਲਿਖੀ ਹੈ। ਅੱਗੇ ਜੀ 19ਵਾਂ ਪ੍ਰਸ਼ਨ, ਅਕਾਲ ਤਖਤ ਸਾਹਿਬ ਦੀ ਸਿਰਜਣਾ ਕਿਸ ਗੁਰੂ ਨੇ ਕੀਤੀ? ਏ ਆਪਸ਼ਨ ਗੁਰੂ ਤੇਗ ਬਹਾਦਰ ਜੀ, ਬੀ ਗੁਰੂ ਰਾਮਦਾਸ ਜੀ, ਸੀ ਗੁਰੂ ਹਰਗੋਬਿੰਦ ਜੀ, ਡੀ ਗੁਰੂ ਅਮਰਦਾਸ ਜੀ। ਅਕਾਲ ਤਖਤ ਸਾਹਿਬ ਦੀ ਸਿਰਜਣਾ ਕਿਸ ਗੁਰੂ ਸਾਹਿਬਾਨ ਨੇ ਕੀਤੀ ਹੈ? ਸਹੀ ਉੱਤਰ ਹੈ ਜੀ ਸੀ ਗੁਰੂ ਹਰਗੋਬਿੰਦ ਜੀ, ਜੋ ਕਿ 6ਵੇਂ ਗੁਰੂ ਸੀ। ਅੱਗੇ ਜੀ 20ਵਾਂ ਪ੍ਰਸ਼ਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 12 ਦੀ ਗਿਣਤੀ ਕਿੰਨੀ ਹੈ? ਏ 31, ਬੀ ਆਪਸ਼ਨ ਹੈ 22, ਸੀ ਆਪਸ਼ਨ ਹੈ 21, ਜਾਂ ਡੀ ਆਪਸ਼ਨ ਹੈ 51। 4 ਆਪਸ਼ਨ ਹੈ ਜੀ, ਧਿਆਨ ਨਾਲ ਦੇਖਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਾਰਾਂ ਦੀ ਗਿਣਤੀ ਕਿੰਨੀ ਹੈ। ਸਹੀ ਉੱਤਰ ਹੈ ਇਹਦਾ ਬੀ 22। ਦੋਸਤੋ, ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦੱਸਿਓ ਕਿ ਤੁਹਾਡੇ ਇਹਨਾਂ 50 ਪ੍ਰਸ਼ਨਾਂ ਦੇ ਵਿੱਚੋਂ ਕਿੰਨੇ ਪ੍ਰਸ਼ਨ ਦੇ ਉੱਤਰ ਨੇ ਜੋ ਸਹੀ ਹੋਏ ਨੇ। ਤੁਹਾਡੇ ਕਮੈਂਟ ਦਾ ਇੰਤਜ਼ਾਰ ਰਹੇਗਾ। ਅੱਗੇ ਜੀ 21ਵਾਂ ਪ੍ਰਸ਼ਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਹੋਇਆ ਏ 1604 ਈਸਵੀ ਵਿੱਚ, ਬੀ 1598 ਈਸਵੀ ਵਿੱਚ, ਸੀ 1469 ਈਸਵੀ ਵਿੱਚ, ਡੀ 1699 ਈਸਵੀ ਵਿੱਚ। ਹਾਂਜੀ, ਸਹੀ ਹੈ ਜੀ ਇਹ ਉੱਤਰ, ਇਹ ਆਪਸ਼ਨ ਸਹੀ ਹੈ। 1604 ਈਸਵੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਹੋਇਆ ਸੀ। ਅੱਗੇ ਜੀ 22ਵਾਂ ਪ੍ਰਸ਼ਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਕਿਸ ਰਾਗ ਨਾਲ ਹੁੰਦਾ ਹੈ? ਏ ਗੌੜੀ, ਬੀ ਸ੍ਰੀ ਰਾਗ, ਸੀ ਧਨਾਸਰੀ ਰਾਗ, ਜਾਂ ਡੀ ਵਡਹਾਂਸ ਰਾਗ। 4 ਆਪਸ਼ਨ ਦੇਖਣੇ ਜੀ, ਧਿਆਨ ਨਾਲ ਪ੍ਰਸ਼ਨ ਪੜ੍ਹਨਾ, ਉੱਤਰ ਦੇਖਣੇ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭ ਕਿਸ ਰਾਗ ਨਾਲ ਹੁੰਦਾ ਹੈ। ਇਹ ਹੈ ਜੀ ਬੀ ਆਪਸ਼ਨ ਸ੍ਰੀ ਰਾਗ। ਅੱਗੇ ਜੀ 23ਵਾਂ ਪ੍ਰਸ਼ਨ, ਖਾਲਸੇ ਦੀ ਸਾਜਨਾ ਹੋਈ ਇਹ ਹੈ 1469 ਈਸਵੀ ਵਿੱਚ, ਬੀ 1604 ਈਸਵੀ ਵਿੱਚ, ਸੀ 1699 ਈਸਵੀ ਵਿੱਚ, ਡੀ 1708 ਈਸਵੀ ਵਿੱਚ। ਹਾਂਜੀ, ਆਪਸ਼ਨ ਦੇਖਣੇ ਜੀ, 1469 'ਚ ਤਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ, ਇਸ ਕਰਕੇ ਹੈ ਨਹੀਂ ਇਹ। ਅੱਗੇ ਜੀ 1604 ਆਪਾਂ ਪਹਿਲੀ ਕਰ ਚੁੱਕੇ ਹਾਂ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਈ ਸੀ, ਇਸ ਕਰਕੇ ਇਹ ਆਪਸ਼ਨ ਵੀ ਨਹੀਂ ਆਉਂਦਾ। ਸੀ ਹੈ 1699 ਈਸਵੀ ਵਿੱਚ, ਅਤੇ ਡੀ, ਸੀ ਅਤੇ ਡੀ ਦੇ ਵਿੱਚੋਂ ਦੇਖਣਾ ਜੀ ਕਿਹੜਾ ਸਹੀ ਹੈ। ਸਹੀ ਹੈ ਜੀ ਬਿਲਕੁਲ ਸੀ, 1699 ਈਸਵੀ ਵਿੱਚ। ਡੀ ਆਪਸ਼ਨ ਹੈ ਜੋ 1708 ਈਸਵੀ ਵਿੱਚ
ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹੀਦੀ ਹੋਈ ਸੀ। ਹਾਂਜੀ, ਅੱਗੇ 24ਵਾਂ ਪ੍ਰਸ਼ਨ, ਗੁਰੂ ਸ਼ਬਦ ਰਤਨਾਕਾਰ ਮਹਾਨ ਕੋਸ਼ ਦਾ ਕਰਤਾ ਹੈ, ਏ ਵਣਜਾਰਾ ਬੇਦੀ, ਬੀ ਗਿਆਨੀ ਲਾਲ ਸਿੰਘ, ਸੀ ਗੁਰਦੇਵ ਸਿੰਘ, ਜਾਂ ਡੀ ਕਾਹਨ ਸਿੰਘ ਨਾਭਾ। ਮਹਾਨ ਕੋਸ਼ ਦਾ ਨਾਮ ਹੈ ਜੀ ਗੁਰੂ ਸ਼ਬਦ ਰਤਨਾਕਾਰ। ਇਹ ਜੋ ਰਚਨਾ ਜੀ ਮਹਾਨ ਕੋਸ਼ ਹੈ, ਇਹਦਾ ਕਰਤਾ ਹੈ ਡੀ ਕਾਹਨ ਸਿੰਘ ਨਾਭਾ। ਅੱਗੇ ਜੀ ਅਗਲਾ ਪ੍ਰਸ਼ਨ 25ਵਾਂ, ਆਸਾ ਦੀ ਵਾਰ ਕਿਸ ਧੁਨੀ ਉੱਪਰ ਗਾਇਨ ਕਰਨ ਦਾ ਆਦੇਸ਼ ਹੈ, ਏ ਹੈ ਲੱਲਾ ਬਹਿਲੀਮਾ ਦੀ, ਬੀ ਟੁੰਡੇ ਅਸਰਾਜੇ ਦੀ, ਸੀ ਹਸਨਾ ਮਹਿਮਾ ਦੀ, ਡੀ ਰਾਏ ਕਮਾਲ ਮੌਜਦੀ ਦੀ। ਹਾਂਜੀ, ਆਸਾ ਦੀ ਵਾਰ ਬੀ ਆਪਸ਼ਨ ਹੈ ਜੀ ਇਹਦਾ, ਟੁੰਡੇ ਅਸਰਾਜੇ ਦੀ ਵਾਰ ਦੀ ਧੁਨੀ ਦੇ ਉੱਪਰ ਗਾਇਨ ਕਰਨ ਦਾ ਆਦੇਸ਼ ਹੈ, ਆਸਾ ਦੀ ਵਾਰ। ਅੱਗੇ ਜੀ 26ਵਾਂ ਪ੍ਰਸ਼ਨ, ਸ਼੍ਰੀ ਦਾਸੂ ਜੀ ਅਤੇ ਸ਼੍ਰੀ ਦਾਤੂ ਜੀ ਦੇ ਪਿਤਾ ਦਾ ਨਾਮ ਹੈ, ਇਹ ਦੇਖਣਾ ਇਹਨਾਂ ਦੇ ਪਿਤਾ ਦਾ ਨਾਮ ਕੀ ਹੈ ਜੀ, ਇਹ ਸ਼੍ਰੀ ਗੁਰੂ ਨਾਨਕ ਦੇਵ ਜੀ, ਬੀ ਸ਼੍ਰੀ ਗੁਰੂ ਅੰਗਦ ਦੇਵ ਜੀ, ਸੀ ਗੁਰੂ ਅਮਰਦਾਸ ਜੀ, ਡੀ ਗੁਰੂ ਰਾਮਦਾਸ ਜੀ। ਇਹ ਦੋ ਬੱਚਿਆਂ ਦੇ ਨਾਮ ਦਿੱਤੇ ਹੋਏ ਨੇ ਜੀ, ਸ਼੍ਰੀ ਦਾਸੂ ਜੀ ਅਤੇ ਸ਼੍ਰੀ ਦਾਤੂ ਜੀ, ਇਹਨਾਂ ਦੇ ਪਿਤਾ ਦਾ ਨਾਮ ਹੈ ਜੀ ਬੀ ਗੁਰੂ ਅੰਗਦ ਦੇਵ ਜੀ ਦੇ ਬੱਚੇ ਸਨ ਦੋਨੋਂ। ਅੱਗੇ ਜੀ 27ਵਾਂ ਪ੍ਰਸ਼ਨ, ਅਸ਼ਟਪਦੀ ਰੂਪ ਕਿਸ ਬਾਣੀ ਵਿੱਚ ਵਰਤਿਆ ਗਿਆ ਹੈ, ਅਸ਼ਟਪਦੀ ਰੂਪ ਕਿਸ ਬਾਣੀ ਵਿੱਚ ਵਰਤਿਆ ਗਿਆ ਹੈ, ਏ ਸ਼ਬਦ ਹਜ਼ਾਰੇ, ਬੀ ਜਾਪ ਸਾਹਿਬ, ਸੀ ਸੁਖਮਨੀ ਸਾਹਿਬ, ਡੀ ਕੀਰਤਨ ਸੋਹਿਲਾ। ਇਹ ਜੋ ਅਸ਼ਟਪਦੀ ਰੂਪ ਹੈ ਜੀ, ਇਹ ਵਰਤਿਆ ਗਿਆ ਸੀ ਸੁਖਮਨੀ ਸਾਹਿਬ ਦੇ ਵਿੱਚ, ਸੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅੱਗੇ ਜੀ 28ਵਾਂ ਪ੍ਰਸ਼ਨ, ਸੀ ਰਫੀ ਕਾਵਿ ਰੂਪ ਵਿੱਚ ਕਿਸ ਸੂਫੀ ਕਵੀ ਨੇ ਰਚਨਾ ਕੀਤੀ, ਇਹ ਆਪਸ਼ਨ ਹੈ ਸੁਲਤਾਨ ਬਾਹੂ, ਬੀ ਬੁੱਲੇ ਸ਼ਾਹ, ਸੀ ਸ਼ੇਖ ਫਰੀਦ, ਡੀ ਸ਼ਾਹ ਹੁਸੈਨ। ਜੀ ਸੀ ਰਫੀ ਕਾਵਿ ਰੂਪ ਹੈ, ਇਸ ਨਾਲ ਸੰਬੰਧਿਤ ਮੈਂ ਪ੍ਰਸ਼ਨ ਪਹਿਲਾਂ ਹੀ ਪਾ ਚੁੱਕਿਆ। ਸੀ ਰਫੀ ਕਾਵਿ ਰੂਪ ਵਿੱਚ ਕਿਸ ਸੂਫੀ ਕਵੀ ਨੇ ਰਚਨਾ ਕੀਤੀ, ਇਹ ਹੈ ਜੀ ਏ ਸੁਲਤਾਨ ਬਾਹੂ। ਅੱਗੇ ਜੀ 29ਵਾਂ ਪ੍ਰਸ਼ਨ, ਜਨਮ ਸਾਖੀ ਕੀ ਹੁੰਦੀ ਹੈ, ਏ ਇਤਿਹਾਸ, ਬੀ ਜੀਵਨੀ, ਸੀ ਸਫ਼ਰਨਾਮਾ, ਜਾਂ ਡੀ ਨਾਟਕ। ਜਨਮ ਸਾਖੀ ਹੁੰਦੀ ਹੈ ਜੀ ਬੀ ਜੀਵਨੀ। ਅੱਗੇ ਜੀ ਪੰਜਾਬੀ ਸਾਹਿਤ ਦਾ ਪਿਤਾਮਾ ਅਤੇ ਪਹਿਲਾ ਸੂਫੀ ਕਵੀ ਕੌਣ ਹੈ, ਆਪਸ਼ਨ ਨੇ ਏ ਬੁੱਲੇ ਸ਼ਾਹ, ਬੀ ਬਾਬਾ ਸ਼ੇਖ ਫਰੀਦ ਜੀ, ਸੀ ਸ਼ਾਹ ਹੁਸੈਨ, ਡੀ ਦਮੋਦਰ। ਹਾਂਜੀ, ਇਹ ਤਾਂ ਲਗਭਗ ਸਾਰਿਆਂ ਨੂੰ ਹੀ ਪਤਾ ਕਿ ਪੰਜਾਬੀ ਸਾਹਿਤ ਦਾ ਪਿਤਾਮਾ ਅਤੇ ਪਹਿਲਾ ਸੂਫੀ ਕਵੀ ਹੈ ਬੀ ਬਾਬਾ ਸ਼ੇਖ ਫਰੀਦ ਜੀ। ਅੱਗੇ ਜੀ 31ਵਾਂ ਪ੍ਰਸ਼ਨ, ਭਾਸ਼ਾ ਕੀ ਹੈ, ਇਹ ਭਾਸ਼ਣ ਕਲਾ ਹੈ, ਬੀ ਸੰਚਾਰ ਮਾਧਿਅਮ ਹੈ, ਸੀ ਧੁਨੀ ਪ੍ਰਬੰਧ ਹੈ, ਡੀ ਕੁਦਰਤੀ ਦਾਤ ਹੈ। ਭਾਸ਼ਾ ਕੀ ਹੈ, ਹਾਂਜੀ ਇਹਦਾ ਉੱਤਰ ਹੈ ਜੀ ਬੀ ਭਾਸ਼ਾ ਸੰਚਾਰ ਦਾ ਮਾਧਿਅਮ ਹੈ। ਅੱਗੇ ਜੀ ਪੰਜਾਬੀ ਵਰਨਮਾਲਾ ਵਿੱਚ ਵਿਅੰਜਨ ਹਨ, ਏ 29, ਬੀ 26, ਸੀ 35, ਡੀ 19। ਵਰਨਮਾਲਾ ਦੇ ਵਿੱਚ ਦੇਖਣੇ ਨੇ ਜੀ ਕਿੰਨੇ ਵਿਅੰਜਨ ਨੇ, ਇਹਦਾ ਉੱਤਰ ਹੈ ਜੀ ਏ 29 ਵਿਅੰਜਨ। ਅੱਗੇ ਜੀ 33ਵਾਂ ਪ੍ਰਸ਼ਨ, ਭਾਸ਼ਾ ਗ੍ਰਹਿਣ ਕੀਤੀ ਜਾਂਦੀ ਹੈ, ਏ ਸਮਾਜ ਵਿੱਚੋਂ, ਬੀ ਫਿਲਮਾਂ ਵਿੱਚੋਂ, ਸੀ ਸਕੂਲ ਵਿੱਚੋਂ, ਡੀ ਪੁਸਤਕਾਂ ਵਿੱਚੋਂ। ਹਾਂਜੀ ਭਾਸ਼ਾ ਗ੍ਰਹਿਣ ਕੀਤੀ ਜਾਂਦੀ ਹੈ, ਚਾਰ ਆਪਸ਼ਨ, ਸਹੀ ਆਪਸ਼ਨ ਦੇਖਣਾ ਕਿਹੜਾ ਹੈ, ਸਹੀ ਆਪਸ਼ਨ ਹੈ ਜੀ ਏ ਸਮਾਜ ਵਿੱਚੋਂ, ਭਾਸ਼ਾ ਸਮਾਜ ਵਿੱਚੋਂ ਗ੍ਰਹਿਣ ਕੀਤੀ ਜਾਂਦੀ ਹੈ। ਅੱਗੇ ਜੀ 34ਵਾਂ ਪ੍ਰਸ਼ਨ, ਪੰਜਾਬੀ ਵਿੱਚ ਸਵਰ ਧੁਨੀਆਂ ਦੀ ਗਿਣਤੀ ਹੈ,
ਏ 2, ਬੀ 11, ਸੀ 12 ਜਾਂ ਡੀ 10। ਸਵਰ ਧੁਨੀਆਂ ਦੀ ਗਿਣਤੀ ਹੈ ਜੀ 10। ਅੱਗੇ ਜੀ, ਕਿਹੜਾ ਸ਼ਬਦ ਨਾਵ ਅਤੇ ਕਿਰਿਆ ਦੋਵੇਂ ਹੈ? ਏ ਹੈ ਕਰਨਾ, ਬੀ ਪੜ੍ਹਨਾ, ਸੀ ਵੇਖਣਾ, ਡੀ ਘੋਟਣਾ। ਇਹ ਚਾਰ ਸ਼ਬਦ ਨੇ ਜੀ, ਚਾਰਾਂ ਦੇ ਵਿੱਚੋਂ ਦੇਖਣਾ ਹੈ ਕਿਹੜਾ ਸ਼ਬਦ ਹੈ ਜੋ ਨਾਵ ਵੀ ਹੈ ਅਤੇ ਕਿਰਿਆ ਵੀ ਹੈ, ਦੋ ਵੀ ਹੈ। ਇਹ ਹੈ ਜੀ ਡੀ ਘੋਟਣਾ। ਅੱਗੇ 36ਵਾਂ ਪ੍ਰਸ਼ਨ, ਜਿਨ੍ਹਾਂ ਸ਼ਬਦਾਂ ਦਾ ਕੋਈ ਅਰਥ ਨਿਕਲਦਾ ਹੋਵੇ ਉਹਨਾਂ ਨੂੰ ਕੀ ਕਹਿੰਦੇ ਹਨ? ਇਹ ਵਿਆਕਰਨ ਨਾਲ ਸੰਬੰਧਿਤ ਸਾਰੀਆਂ ਵੀਡੀਓਜ਼ ਪਹਿਲਾਂ ਹੀ ਮੇਰੇ ਇਸ ਚੈਨਲ ਦੇ ਉੱਪਰ ਅਪਲੋਡ ਕੀਤੀਆਂ ਗਈਆਂ ਨੇ। ਵਿਸਥਾਰ ਦੇ ਵਿੱਚ ਇਹਨਾਂ ਸਾਰੀ ਵੀਡੀਓਜ਼ ਦੇ ਵਿੱਚ ਸਮਝਾਇਆ ਗਿਆ। 36ਵਾਂ ਪ੍ਰਸ਼ਨ, ਜਿਨ੍ਹਾਂ ਸ਼ਬਦਾਂ ਦਾ ਕੋਈ ਅਰਥ ਨਿਕਲਦਾ ਹੋਵੇ ਉਹਨਾਂ ਨੂੰ ਕੀ ਕਹਿੰਦੇ ਹਨ? ਏ ਸ਼ਬਦ ਬੋਧ, ਬੀ ਸਾਰਥਕ ਸ਼ਬਦ, ਸੀ ਅਰਥ ਬੋਧ, ਡੀ ਨਿਰਾਰਥਕ ਸ਼ਬਦ। ਇਹਦਾ ਉੱਤਰ ਹੈ ਜੀ ਬੀ ਸਾਰਥਕ ਸ਼ਬਦ। ਅਗਲਾ ਪ੍ਰਸ਼ਨ, ਉਹ ਸ਼ਬਦ ਜੋ ਕਿਸੇ ਜੀਵ ਵਸਤੂ ਜਾਂ ਸਥਾਨ ਲਈ ਵਰਤਿਆ ਜਾਂਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ? ਏ ਨਾਵ, ਬੀ ਵਿਸ਼ੇਸ਼ਣ, ਸੀ ਕਿਰਿਆ ਜਾਂ ਡੀ ਪੜਨਾਵ। ਜੋ ਸ਼ਬਦ ਕਿਸੇ ਜੀਵ ਵਸਤੂ ਜਾਂ ਸਥਾਨ ਲਈ ਵਰਤਿਆ ਜਾਂਦਾ ਹੈ ਉਹਨੂੰ ਕਹਿੰਦੇ ਨੇ ਜੀ ਨਾਵ। ਜੋ ਸਾਰਥਕ ਸ਼ਬਦਾਂ ਦੀ 8 ਕਿਸਮਾਂ ਨੇ, ਨਾਵ, ਪੜਨਾਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ, ਵਿਸਮਿਕ, ਇਸ ਨਾਲ ਸੰਬੰਧਿਤ 8 ਵੀਡੀਓ ਪੂਰੀਆਂ ਵਿਸਥਾਰ ਦੇ ਵਿੱਚ ਮੇਰੇ ਚੈਨਲ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਪਲੇਲਿਸਟ ਦੇ ਵਿੱਚ ਜਾ ਕੇ। ਅੱਗੇ ਜੀ 38ਵਾਂ ਪ੍ਰਸ਼ਨ, ਸਮਾਨਾਰਥਕ ਸ਼ਬਦ ਦੱਸੋ। ਉਮੰਗ, ਉਮੰਗ ਜੋ ਸ਼ਬਦ ਦਿੱਤਾ ਹੋਇਆ ਜੀ ਇਹਦਾ ਸਮਾਨਾਰਥਕ ਸ਼ਬਦ ਦੇਖਣਾ ਕਿਹੜਾ? ਏ ਹੈ ਸ਼ਲਾਘਾ, ਬੀ ਅਧੂਰਾ, ਸੀ ਤਰੰਗ, ਡੀ ਤਾਂਗ। ਹਾਂਜੀ, ਡੀ ਉੱਤਰ ਸਹੀ ਹੈ ਜੀ। ਉਮੰਗ ਦਾ ਸਮਾਨਾਰਥਕ ਸ਼ਬਦ ਹੈ ਤਾਂਗ। ਅੱਗੇ ਜੀ, ਵਾਕ ਨੂੰ ਪੜ੍ਹਨ ਵੇਲੇ ਕਈ ਥਾਂ ਰੁਕਣਾ ਪੈਂਦਾ ਹੈ, ਅਜਿਹੇ ਸਥਾਨ 'ਤੇ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ? ਏ ਦੋ ਬਿੰਦੀ, ਬੀ ਕਾਮਾ, ਸੀ ਬ੍ਰੈਕਟ, ਡੀ ਬਿੰਦੀ। ਜਦੋਂ ਵਾਕ ਪੜ੍ਹਦੇ ਹਾਂ ਆਪਾਂ ਉਹਨੂੰ ਕਈ ਥਾਂ 'ਤੇ ਰੁਕਣਾ ਪੈਂਦਾ ਹੈ ਤਾਂ ਅਜਿਹੇ ਸਥਾਨ 'ਤੇ ਵਰਤੋਂ ਕੀਤੀ ਜਾਂਦੀ ਹੈ ਜੀ ਬੀ ਕਾਮਾ। ਲਿਖਣ ਵੇਲੇ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ, ਪੜ੍ਹਨ ਵੇਲੇ ਆਪਾਂ ਉਸ ਹਿਸਾਬ ਨਾਲ ਹੌਲੀ ਹੋ ਜਾਂਦੇ ਹਾਂ। ਅਗਲਾ ਪ੍ਰਸ਼ਨ ਹੈ ਜੀ 40ਵਾਂ, ਕਿਸੇ ਵਾਕ ਵਿੱਚ ਕਾਰਜ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਏ ਕਰਤਾ, ਬੀ ਕਰਮ, ਸੀ ਪੁਰਖ, ਡੀ ਕਿਰਿਆ। ਇਹਦਾ ਪਤਾ ਹੀ ਹੈ ਜੀ, ਏ ਕਹਿੰਦੇ ਨੇ ਉਹਨੂੰ ਕਰਤਾ। ਅੱਗੇ ਜੀ 41ਵਾਂ ਪ੍ਰਸ਼ਨ, ਵਿਰੋਧੀ ਸ਼ਬਦ ਦੱਸੋ। ਸੁਗੰਧ, ਏ ਹੈ ਜੀ ਭੁੱਖ, ਬੀ ਮਹਿਕ, ਸੀ ਦੁਰਗੰਧ। ਇਹ ਥੱਤੇ ਗਲਤੀ ਨਾਲ ਪੈ ਗਿਆ ਧੱਦੇ ਜੀ ਇਹ। ਅੱਗੇ ਡੀ ਹੈ ਜੀ ਕਲੀ। ਹਾਂਜੀ, ਇਹ ਸੁਗੰਧ ਦਾ ਵਿਰੋਧੀ ਸ਼ਬਦ ਹੈ ਸੀ ਦੁਰਗੰਧ। ਅੱਗੇ ਜੀ 42ਵਾਂ ਪ੍ਰਸ਼ਨ, ਯੋਜਕ ਲਾ ਕੇ ਵਾਕ ਮੁਕੰਮਲ ਕਰੋ। ਯੋਜਕ ਦੀ ਵਰਤੋਂ ਕਰਨੀ ਹੈ ਜੀ। ਵਾਕ ਹੈ ਜੇ ਤੁਹਾਡੀ ਚਿੱਠੀ ਨਾ ਜਾਂਦੀ ਡੈਸ਼ ਮੈਨੂੰ ਫੇਰਾ ਪੈਣਾ ਸੀ। ਉਹਨਾਂ ਦੇ ਵਿੱਚ ਆਪਣੇ ਯੋਜਕ ਲਾਣਾ ਜੋ ਖਾਲੀ ਜਗ੍ਹਾ ਦਿੱਤੀ ਗਈ ਹੈ। ਜੇ ਤੁਹਾਡੀ ਚਿੱਠੀ ਨਾ ਜਾਂਦੀ ਤਾਂ ਮੈਨੂੰ ਫੇਰਾ ਪੈਣਾ ਸੀ। 42ਵੇਂ ਦਾ ਆਪਸ਼ਨ ਹੈ ਜੀ ਸੀ ਤਾਂ। ਅੱਗੇ ਜੀ 43ਵਾਂ ਪ੍ਰਸ਼ਨ, ਕਿਰਿਆ ਮੁਕੰਮਲ ਕਰਨੀ ਹੈ। ਵਾਕ ਦਿੱਤਾ ਹੋਇਆ ਬੱਚੇ ਵਿਹੜੇ ਵਿੱਚ ਖੇਡਦੇ ਡੈਸ਼ ਹਨ। ਆਪਸ਼ਨ ਹੈ ਜੀ ਏ ਰਹੇ, ਬੀ ਪਏ, ਸੀ ਜਾਂਦੇ, ਡੀ ਨਹੀਂ। ਮੁਕੰਮਲ ਕਰਨਾ ਵਾਕ, ਬੱਚੇ ਵਿਹੜੇ ਵਿੱਚ ਖੇਡਦੇ ਪਏ ਹਨ। ਬੀ ਆਪਸ਼ਨ ਹੈ ਜੀ 43ਵੇਂ ਪ੍ਰਸ਼ਨ ਦਾ। ਦੋਸਤੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦੱਸਿਓ ਕਿ ਤੁਹਾਡੇ 50 ਦੇ ਵਿੱਚੋਂ ਕਿੰਨੇ ਪ੍ਰਸ਼ਨ ਸਹੀ ਹੋਏ ਨੇ। ਅੱਗੇ ਜੀ ਸ਼ੁੱਧ ਸ਼ਬਦ ਦੀ ਚੋਣ ਕਰੋ। ਚਾਰ ਸ਼ਬਦ ਨੇ, ਏ ਓਹਟੀ, ਬੀ ਬਹੁਟੀ, ਸੀ ਬਹੁਟੀ, ਡੀ ਬਹੁਟੀ। ਇਹ ਜੋ ਬਹੁਟੀ ਸ਼ਬਦ ਹੈ, ਬਹੁਟੀ ਦਾ ਅਰਥ ਹੈ ਪਤਨੀ, ਉਹ ਦੇਖਣੇ ਜੀ ਚਾਰਾਂ ਦੇ ਵਿੱਚੋਂ ਕਿਹੜਾ ਸਹੀ ਹੈ। ਸ਼ੁੱਧ ਅਸ਼ੁੱਧ ਨਾਲ ਸੰਬੰਧਿਤ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ, ਲਗਭਗ 5-6 ਵੀਡੀਓ
ਸ਼ੁੱਧ ਅਸ਼ੁੱਧ ਨਾਲ ਸੰਬੰਧਿਤ ਮੇਰੇ ਇਸ ਚੈਨਲ ਦੇ ਉੱਪਰ ਅਪਲੋਡ ਕੀਤੀਆਂ ਗਈਆਂ ਨੇ ਪਹਿਲਾਂ ਤੋਂ ਹੀ। ਹਾਂਜੀ, ਬੀ ਆਪਸ਼ਨ ਸਹੀ ਹੈ ਜੀ। ਵਹੁਟੀ ਵਾਵਾ ਹਾਹੇ ਨੂੰ ਔਂਕੜ ਟੈਂਕੇ ਨੂੰ ਬਿਹਾਰੀ। ਅੱਗੇ ਜੀ 45ਵਾਂ ਪ੍ਰਸ਼ਨ, ਹੇਠ ਲਿਖੇ ਸ਼ਬਦਾਂ ਵਿੱਚੋਂ ਸਾਰਥਕ ਸ਼ਬਦ ਕਿਹੜਾ ਹੈ? ਸਾਰਥਕ ਸ਼ਬਦ ਆਪਾਂ ਪਹਿਲੀ ਪ੍ਰਸ਼ਨ ਆਇਆ ਸੀ ਇੱਕ, ਕਿ ਜਿਸ ਸ਼ਬਦ ਦਾ ਕੋਈ ਅਰਥ ਨਿਕਲਦਾ ਉਹਨੂੰ ਸਾਰਥਕ ਕਹਿੰਦੇ ਨੇ, ਜਿਸ ਪ੍ਰਸ਼ਨ ਦਾ ਕੋਈ ਅਰਥ ਨਹੀਂ ਨਿਕਲਦਾ, ਜਿਸ ਸ਼ਬਦ ਦਾ ਕੋਈ ਅਰਥ ਨਹੀਂ ਨਿਕਲਦਾ ਉਹਨੂੰ ਨਿਰਾਰਥਕ ਕਹਿੰਦੇ ਨੇ। ਤਾਂ ਦੇਖਣਾ ਜੀ ਕਿਹੜਾ, ਏ ਕੁੱਪੀ, ਬੀ ਧਾਣੀ, ਸੀ ਕਿਤਾਬ, ਡੀ ਦੱਤ। ਸਹੀ ਉੱਤਰ ਹੈ ਜੀ ਬਿਲਕੁਲ ਸੀ ਕਿਤਾਬ, ਇਹ ਸਾਰਥਕ ਸ਼ਬਦ ਹੈ। ਅੱਗੇ ਜੀ, ਸੰਸਾਰ ਵਿੱਚ ਸਭ ਤੋਂ ਪਹਿਲਾਂ ਪੈਦਾ ਹੋਈ ਕੀ ਚੀਜ਼ ਹੈ ਜੋ ਸੰਸਾਰ ਦੇ ਵਿੱਚ ਸਭ ਤੋਂ ਪਹਿਲਾਂ ਪੈਦਾ ਹੋਈ ਹੈ? ਚਾਰ ਆਪਸ਼ਨ ਨੇ, ਏ ਸੰਕੇਤ ਲਿਪੀ, ਬੀ ਵਰਣ ਲਿਪੀ, ਸੀ ਚਿੰਨ੍ਹ ਲਿਪੀ, ਡੀ ਚਿੱਤਰ ਲਿਪੀ। ਹਾਂਜੀ, ਸੰਸਾਰ ਦੇ ਵਿੱਚ ਜੋ ਸਭ ਤੋਂ ਪਹਿਲਾਂ ਪੈਦਾ ਹੋਈ ਉਹ ਹੋਈ ਸੀ ਚਿੱਤਰ ਲਿਪੀ, ਡੀ ਆਪਸ਼ਨ। ਅੱਗੇ ਜੀ, ਭਾਸ਼ਾ ਸਾਹਿਤ ਦਾ ਹੈ, ਏ ਮਾਧਿਅਮ, ਬੀ ਤੱਤ, ਸੀ ਮਾਡਲ, ਡੀ ਰੂਪ। ਭਾਸ਼ਾ ਸਾਹਿਤ ਦਾ ਮਾਧਿਅਮ ਹੈ, ਏ ਆਪਸ਼ਨ ਹੈ ਜੀ। ਅੱਗੇ ਜੀ 48ਵਾਂ ਪ੍ਰਸ਼ਨ, ਬੁੱਧ ਧਰਮ ਦੇ ਵਧੇਰੇ ਗ੍ਰੰਥ ਕਿਸ ਭਾਸ਼ਾ ਵਿੱਚ ਰਚੇ ਗਏ? ਏ ਹੈ ਸੰਸਕ੍ਰਿਤ, ਬੀ ਪਾਲੀ ਪ੍ਰਕਿਰਤ, ਸੀ ਅਪਭ੍ਰੰਸ਼, ਡੀ ਸ਼ੌਰਸੋਰ ਸੈਨੀ। ਬੁੱਧ ਧਰਮ ਦੇ ਜੋ ਵਧੇਰੇ ਗ੍ਰੰਥ ਨੇ ਜੀ ਉਹ ਲਿਖੇ ਗਏ ਨੇ ਬੀ ਪਾਲੀ ਭਾਸ਼ਾ ਦੇ ਵਿੱਚ ਜਾਂ ਪਾਲੀ ਪ੍ਰਕਿਰਤ ਦੇ ਵਿੱਚ। ਅੱਗੇ ਜੀ 49ਵਾਂ ਪ੍ਰਸ਼ਨ, ਭਾਰਤ ਦੇਸ਼ ਹੈ, ਏ ਬਹੁਭਾਸ਼ੀ, ਬੀ ਇੱਕ ਭਾਸ਼ੀ, ਸੀ ਵੀ ਭਾਸ਼ੀ, ਡੀ ਬਹੁਗਿਣਤੀ ਭਾਸ਼ੀ। ਭਾਰਤ ਦੇਸ਼ ਹੈ ਜੋ ਕੀ ਹੈ ਉਹ? ਸਹੀ ਉੱਤਰ ਹੈ ਜੀ ਇਹਦਾ, ਏ ਬਹੁਭਾਸ਼ੀ ਦੇਸ਼ ਹੈ। ਅੱਗੇ ਜੀ 50ਵਾਂ ਪ੍ਰਸ਼ਨ, ਪੰਜਾਬੀ ਭਾਸ਼ਾ ਲਈ ਢੁਕਵੀਂ ਲਿਪੀ ਕਿਹੜੀ ਹੈ? ਏ ਦੇਵਨਾਗਰੀ, ਬੀ ਗੁਰਮੁਖੀ, ਸੀ ਰੋਮਨ, ਡੀ ਫਾਰਸੀ। ਸਿੰਪਲ ਪ੍ਰਸ਼ਨ ਹੈ ਜੀ ਬਿਲਕੁਲ, ਪੰਜਾਬੀ ਭਾਸ਼ਾ ਦੀ ਲਿਪੀ ਦਾ ਨਾਮ ਦੱਸਣਾ ਹੈ ਉਹ ਹੈ ਜੀ ਬੀ ਗੁਰਮੁਖੀ ਲਿਪੀ। ਦੋਸਤੋ, ਮੇਰੇ ਇਸ ਚੈਨਲ ਨੂੰ ਤੁਹਾਡੇ ਵੱਲੋਂ ਬਹੁਤ ਪਿਆਰ ਮਿਲ ਰਿਹਾ, ਉਹਦੇ ਲਈ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ। ਉਮੀਦ ਹੈ ਕਿ ਤੁਸੀਂ ਲਗਾਤਾਰ ਮੇਰੇ ਇਸ ਚੈਨਲ ਦੇ ਨਾਲ ਬਣੇ ਰਹੋਗੇ। ਬੈੱਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਮੇਰੇ ਵੱਲੋਂ ਅਪਲੋਡ ਕੀਤੀਆਂ ਗਈਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਤੋਂ ਜਲਦੀ ਮਿਲ ਸਕੇ। ਮਾਸਟਰ ਕਾਡਰ ਪੰਜਾਬੀ ਦੀ ਹੋਰ ਤਿਆਰੀ ਦੇ ਲਈ ਮੇਰੇ ਇਸ ਚੈਨਲ ਦੇ ਨਾਲ ਬਣੇ ਰਹੋ।